up to the beat. Come on. Chal va. Give it to me. Chal va. Give it to me. Chal va. Gorgeous with attitude and every latitude. Miss Hot Booty, come on baby, do your duty work. Jis moon ka hai ye jalwa, kis moon ka hai ye jalwa, shohrat bhi de ye jalwa, maqsad bhi de ye jalwa. Tell him like it is, I can't hear. Dil kash lage ye jalwa, main kash lage ye jalwa, naza hi nashya ye jalwa, maza hi maza. Throw it up, throw it up. Jalwa, aag si rawaniya. Yo, I know a lot of yo, what an expectation. Leti gaya andaniya. Come on, yo, I'm the hottest girl around. Ye chala de dilo mein kindariya. Come on, ye jalwa, fashion ka hai ye jalwa. Ye jalwa, ye jalwa, fashion ka hai. She got the styling in her. Not even smiling in her. She got the styling in her. रिफलैक्शन चैनल अज साढ़े पंजाब रिफलैक्शन टीम पहुंची है जी अमृतसर सुंदर नगर ओपोजिट दुर्गा माता मंदिर आओ गलबात करते हैं इतों जोड़ा हीना फैशन प्लाजा जोड़ा इतना शोरूम हैगा वा लेडीज वास्ते जो लहंगे ब्राइडल शेरवानियाँ जो उतर मिलती बिल्कुल सही रेट तो वह चीज़ की क्वालिटी मिलती है और इतों जो एम डी साहब है हीना मैडम उन्होंने गलबात करते हैं वो की कहना चाहते इतना मैडम सत श्रीकाल जी
ਉਹ ਪਹਿਲੇ ਹੀ ਗੱਲ ਕਰਾਂਗਾ, ਮੈਂ ਤੁਹਾਡਾ ਇੱਕ ਜਾਇਜ਼ਾ ਲੈਣ ਆਇਆ ਇੱਥੇ ਸ਼ੋਰੂਮ ਦਾ। ਤੁਹਾਡੀ ਤਾਰੀਫ ਵੀ ਕਾਫੀ ਸੁਣੀ, ਸੰਸਥਾ ਵੀ ਸੁਣੀ ਆ। 2002 ਦੇ ਵਿੱਚ ਜੋ ਤੁਸੀਂ ਇੱਕ ਕੰਮ ਸ਼ੁਰੂ ਕੀਤਾ ਜੀ, ਅੱਜ ਮਾਲਕ ਦੀ ਕਿਰਪਾ ਪੂਰੀ ਲਹਿਰਾ ਬਹਿਰਾ ਹੋ ਰਹੀਆਂ ਜੀ। ਔਰ ਮੈਂ ਦੂਸਰੀ ਗੱਲ, ਮੈਂ ਤੁਹਾਡੇ ਦਰਸ਼ਕ ਦੇਖ ਰਿਹਾ, ਮੈਨੂੰ ਦੱਸ ਸਕਦੇ ਹੋ ਕਿ ਸ਼ੇਰਵਾਨੀ ਦਾ ਕਿੱਦਾਂ ਦੀ ਹੈਗੀ ਆ, ਕਿੱਦਾਂ ਦੇ ਦਰਸ਼ਕ ਆਉਣ ਤੋਂ ਇਹਨਾਂ ਨੂੰ ਕਿੰਨੇ ਕੁ ਰੇਟ ਤੱਕ ਮਿਲ ਜਾਏਗੀ, ਉਹ ਕੀ ਕੀ ਇਹ 'ਚ ਕੁਆਲਿਟੀ ਹੈ? ਦੇਖੋ ਜੀ, ਰੇਟ ਤਾਂ ਸਾਡੇ ਬੜੇ ਜੈਨੂਅਲ ਹੈ ਜੀ। ਇਹ ਸਾਰੀ ਸ਼ੇਰਵਾਨੀਜ਼ ਵਗੈਰਾ ਹੈ ਸਾਰੀਆਂ। ਦੇਖੋ ਜੀ, ਸਾਡੇ ਕੋਲ 1000 ਤੋਂ ਸ਼ੇਰਵਾਨੀ ਸਟਾਰਟ ਹੋ ਜਾਂਦੀ ਹੈ। ਬਾਕੀ ਦੇਖੋ ਜੀ, ਹਰ ਕਸਟਮਰ ਦਾ ਆਪਣਾ ਆਪਣਾ ਬਜਟ ਵੀ ਹੁੰਦਾ ਹੈ, ਠੀਕ ਹੈ ਜੀ। ਜਿਵੇਂ ਜਿਵੇਂ ਕਸਟਮਰ ਦਾ ਬਜਟ ਹੋਏਗਾ, ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਕਸਟਮਰ ਨਾਲ ਪੂਰਾ ਕੋਪਰੇਟ ਕਰੀਏ। ਕੋਪਰੇਟ ਕਰਨਾ ਹੀ ਪੈਂਦਾ ਕਸਟਮਰ ਨਾਲ, ਕਿਉਂਕਿ ਕਸਟਮਰ ਰੱਬ ਦਾ ਰੂਪ ਹੈ ਜੀ। ਦਿਖਾ ਸਕਦੇ ਹੋਰ ਕੀ ਆਪਣੇ ਕੋਲ ਵੈਰਾਈਟੀ? ਬਸ ਆਪਣੇ ਕੋਲ ਹੈ ਜੀ ਗਾਉਂ ਹੈ ਜੀ, ਬਸ ਤੁਸੀਂ ਇੱਧਰ ਆਓ ਜੀ। ਸਾਡੇ ਕੋਲ ਕਾਫੀ ਵੈਰਾਈਟੀ ਜੀ, ਜਿਵੇਂ ਉੱਪਰ ਲੱਗੇ ਹੈ ਸਿਲਕ ਲੱਗੀ ਹੈ ਜੀ, ਵੈਲਵਟ ਹੈ ਜੀ, ਨੈਟ 'ਚ ਮਟੀਰੀਅਲ ਹੈ ਜੀ, ਸ਼ਫੂਨ 'ਚ ਮਟੀਰੀਅਲ ਤਾਂ ਕਾਫੀ ਹੈ ਜੀ। ਉੱਪਰੋਂ ਤੁਸੀਂ ਦੇਖ ਲਓ, ਸਾਰਾ ਬਹੁਤ ਅੱਛਾ ਮਟੀਰੀਅਲ ਸਾਡੇ ਕੋਲ ਜੀ ਇਸ ਟਾਈਮ ਅਵੇਲੇਬਲ ਹੈ, ਕਿਉਂਕਿ ਵੈਡਿੰਗ ਸੀਜ਼ਨ ਹੈ। ਔਰ ਵੈਡਿੰਗ ਸੀਜ਼ਨ ਤੁਹਾਨੂੰ ਪਤਾ, ਸਾਰਾ ਨਿਊ ਕਲੈਕਸ਼ਨ ਹੀ ਆਈ ਹੈ ਔਰ ਨਿਊ ਕਲੈਕਸ਼ਨ ਆ ਵੀ ਰਹੀ ਹੈ। ਮਤਲਬ ਸਾਡਾ ਐਵੇਂ 1 ਵੀਕ ਬਾਅਦ ਸਾਡਾ ਨਾ ਜਿਹੜੀ ਕਲੈਕਸ਼ਨ ਨਵੀਂ ਆਉਂਦੀ ਰਹਿੰਦੀ ਹੈ। ਬਾਕੀ ਸਾਰੀ ਕਲੈਕਸ਼ਨ ਜੀ ਵਧੀਆ, ਸਾੜੀਜ਼ ਵਗੈਰਾ ਕਾਫੀ ਸਾਡੇ ਕੋਲ, ਜਿਵੇਂ ਗਾਊਨ ਹੋ ਗਏ, ਵੈਸਟਰਨ ਡਰੈਸਿਸ ਹੋ ਗਈਆਂ, ਬ੍ਰਾਈਡਲਸ ਲਹਿੰਗੇ ਹੋ ਗਏ ਜਿਵੇਂ ਜੀ, ਇਹ ਸਾਰਾ ਕੁਛ। ਔਰ ਜਿਵੇਂ ਵੈਸਟਰਨ ਗਾਊਨ ਦਿਖਾ ਲਓ ਤੁਸੀਂ, ਗਾਊਨ ਦੀ ਵਰਾਇਟੀ ਸਾਡੇ ਕੋਲ ਬਹੁਤ ਹੈ ਜੀ, ਕਾਫੀ ਇਹ ਸਾਰੇ ਗਾਊਨ ਹੀ ਜੀ। ਮੈਡਮ ਮੈਂ ਤੁਹਾਨੂੰ ਗੱਲ ਕਰੂੰਗਾ, ਜਿਵੇਂ ਤੁਸੀਂ ਜਿੰਨਾ ਸਾਡੀ ਕਿਸੇ ਧੀ ਦਾ ਵਿਆਹ ਹੋਵੇ ਹੈ ਨਾ, ਉਹ ਤੁਸੀਂ ਬ੍ਰਾਈਡਲ ਲਹਿੰਗੇ ਵੀ ਦੇ ਰਹੇ ਹੋ, ਗਾਊਨ ਵੀ ਦੇ ਰਹੇ ਹੋ, ਉਹਦੇ ਵਿੱਚ ਜੋ ਜੁਐਲਰੀ ਵਾਲੇ ਵੀ ਕੋਈ ਆਪਸ਼ਨ ਹੈਗੀ ਹੈ ਜੀ? ਹਾਂਜੀ ਹਾਂਜੀ, ਜੁਐਲਰੀ ਕਾਫੀ ਹੈ ਜੀ ਉਹ 'ਚ। ਅਗਰ ਅਸੀਂ ਦੇਖੋ ਜੀ, ਸਾਡੇ ਕੋਲ ਬ੍ਰਾਈਡਲ ਲੈਣ ਔਰ ਵਿਦ ਜੁਐਲਰੀ, ਅਗਰ ਕੋਈ ਗਰੀਬ ਬੱਚਾ ਨਹੀਂ ਅਫੋਰਡ ਕਰ ਸਕਦਾ ਤਾਂ ਕੋਸ਼ਿਸ਼ ਇਹੀ ਕਰੀਦੀ ਕੀ ਹੈ ਕਿ ਬੱਚੇ ਦਾ ਦਿਲ ਖੁਸ਼ ਰੱਖੀਏ ਔਰ ਉਹਨੂੰ ਲਹਿੰਗਾ ਫਰੀ ਹੀ ਦੇ ਦਈਏ। ਮੈਡਮ ਇੱਕ ਗੱਲ, ਮੈਂ ਇੱਕ ਮੇਰੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਗੱਲ ਹੈਗੀ ਆ, ਜਿਵੇਂ ਤੁਸੀਂ ਇੱਕ ਕਿਸੇ ਧੀ ਦਾ ਵਿਆਹ ਵਾ, ਉਹਨੂੰ ਲਹਿੰਗਾ ਦੇਣਾ ਵਾ, ਉਹਦੇ ਵਿੱਚ ਜਿੱਦਾਂ ਮੰਨ ਲਓ 3000 ਰੁਪਇਆ, 2000, 5000, ਜੋ ਵੀ ਹੈ, ਐਨੀਵੇ ਜੋ ਵੀ ਰੇਟ ਹੋਏਗਾ ਹੈ ਨਾ, ਉਹਦੇ ਰੇਟ ਦੇ ਵਿੱਚ ਮੈਂ ਇੱਕ ਗੱਲ ਕੀਤੀ ਜਾਵੇ, ਉਹਨਾਂ ਨੂੰ ਪਹਿਲੇ ਕਿਸੇ ਕਿੰਨੇ ਪੈਸੇ ਦੇਣੇ ਪੈਣਗੇ, ਕਿਉਂਕਿ ਲਹਿੰਗਾ ਵੀ ਕਾਫੀ ਕੀਮਤੀ ਹੁੰਦਾ ਵਾ, 10000, 20000, 25000 ਦਾ, ਔਰ ਉਹ ਮਾੜਾ ਜਿਹਾ ਵੇਰਵਾ ਦਿਓਗੇ ਉਹਦੇ ਵਿੱਚ ਕਿੱਦਾਂ ਇੱਕ ਫਾਰਮੈਲਿਟੀ ਭੁਗਤਾਈ ਜਾਊਗੀ ਕਿ ਉਹਨੂੰ? ਉਹਦੇ 'ਚ ਸਰ ਅਸੀਂ ਨਾ ਕੋਸ਼ਿਸ਼ ਇਹ ਕਰਦੇ ਹਾਂ ਕਿ 50% ਅਸੀਂ ਐਡਵਾਂਸ ਲੈ ਲਈਏ ਕਸਟਮਰ ਕੋਲੋਂ, ਠੀਕ ਹੈ ਜੀ। ਬਾਕੀ ਇੱਥੇ ਮੰਨ ਲਓ ਇਨ ਕੇਸ ਕੋਈ ਕਸਟਮਰ ਲਹਿੰਗਾ ਬੁੱਕ ਕਰਾ ਕੇ ਗਿਆ, ਮਤਲਬ ਕਈ ਦੁਕਾਨਦਾਰ ਇਸ ਟਾਈਪ ਦੇ ਨੇ ਕਿ ਅਗਰ ਲਹਿੰਗਾ ਬੁੱਕ ਕਰਾ ਲਿਆ ਤਾਂ ਉਹ ਕਸਟਮਰ ਬੌਂਡ ਹੋ ਗਿਆ, ਇਹੋ ਜਿਹੀ ਕੋਈ ਗੱਲ ਨਹੀਂ। ਅਗਰ ਇਨ ਕੇਸ ਲਹਿੰਗਾ ਨਹੀਂ ਪਸੰਦ ਆਉਂਦਾ ਤਾਂ ਫਰਦਰ ਉਹ ਲਹਿੰਗਾ ਚੇਂਜ ਵੀ ਕਰ ਸਕਦੇ ਨੇ, ਕੋਈ ਇੰਨਾ ਇਸ਼ੂ ਨਹੀਂ ਹੈ ਸਰ, ਲਹਿੰਗਾ ਚੇਂਜ ਵੀ ਕਰ ਦਾਂਗੇ। ਯਾਨੀ ਕਿ ਕਸਟਮਰ ਲਹਿੰਗਾ ਕਰਾ ਗਿਆ ਤਾਂ ਬੌਂਡ ਹੋ ਗਿਆ, ਤੁਸੀਂ ਇਹੋ ਲਹਿੰਗਾ ਲਓਗੇ ਜੀ, ਅਗਰ ਘਰ ਜਾ ਕੇ ਕਿਸੇ ਨੂੰ ਨਹੀਂ ਪਸੰਦ ਲਹਿੰਗਾ ਤਾਂ ਲਹਿੰਗਾ ਚੇਂਜ ਵੀ ਕਰ ਸਕਦੇ। ਸਿਕਿਉਰਿਟੀ ਵੀ ਰੱਖੀ ਜਾਏਗੀ? ਹਾਂਜੀ, ਸਿਕਿਉਰਿਟੀ ਜਾਂ ਫਿਰ ਮੋਸਟਲੀ ਜੀ ਕਸਟਮਰ ਬੜੇ ਪੁਰਾਣੇ ਨੇ, ਇੱਕ ਚੇਨ ਬਣੀ ਹੋਈ ਹੈ, ਕਦੀ ਅੱਜ ਤੱਕ ਕਦੇ ਜ਼ਰੂਰਤ ਹੀ ਨਹੀਂ ਪਈ ਕਿਸੇ ਕੋਲੋਂ ਸਿਕਿਉਰਿਟੀ ਲਈਏ, ਪੁਰਾਣੀ ਚੇਨ ਚੱਲਦੀ ਆ ਰਹੀ ਹੈ, ਬੜਾ ਪੁਰਾਣਾ ਕਸਟਮਰ ਚੱਲਦਾ, ਐਜ਼ ਦੀ ਫੈਮਿਲੀ ਰਿਲੇਸ਼ਨ ਉਹੀ ਲਗਾ ਲਓ ਜੀ। ਜੇ ਵੇਖਿਆ ਜਾਵੇ ਤਾਂ ਅੱਜ ਸਾਡੇ ਪੰਜਾਬ ਰਿਫਲੈਕਸ਼ਨ ਟੀਮ ਨੇ ਇੱਕ ਦੌਰਾ ਕੀਤਾ ਵਾ, ਉਹ ਨਵੇਂ ਕਸਟਮਰ ਵੀ ਜੁੜੋਗੇ, ਉਹ ਤਾਂ ਤੁਹਾਨੂੰ ਨਹੀਂ ਜਾਣਦੇ ਹੋਗੇ, ਉਹਨਾਂ ਵਾਸਤੇ ਕੀ ਰਿਆਇਤ ਹੋਏਗੀ? ਦੇਖੋ ਜੀ, ਜਿਹੜੇ ਵੀ ਨਿਊ ਕਸਟਮਰ ਆਉਣਗੇ ਉਹਨਾਂ ਨੂੰ ਖਾਸ ਕੰਸੈਸ਼ਨ ਹੋਏਗੀ, 30-40% ਉਹਨਾਂ ਨੂੰ ਅਸੀਂ ਲੈਸ ਦੇਵਾਂਗੇ। ਦੀਵਾਲੀ ਦੇ ਮੌਕੇ 'ਤੇ ਕੋਈ ਸਕੀਮ ਵਗੈਰਾ ਜਾਂ ਕੁਛ ਇਹੋ ਜਿਹਾ ਕੋਈ ਉਪਰਾਲਾ ਕੋਈ ਕੀਤਾ ਕੁਛ ਤੁਸੀਂ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਜਿਹੜਾ ਕਸਟਮਰ ਵੀ ਆਏਗਾ ਦੱਸਿਆ ਕਿ 30-40% ਉਹਨਾਂ ਨੂੰ ਲੈਸ ਵੀ ਮਿਲੇਗਾ ਔਰ ਪਲੱਸ ਉਹਨਾਂ ਨੂੰ ਵਰਾਇਟੀ ਫਰੈਸ਼ ਮਿਲੇਗੀ ਜੀ, ਠੀਕ ਹੈ ਜੀ, ਵਿਦ ਕਮ ਜੁਐਲਰੀ, ਔਰ ਉਹਨਾਂ ਨੂੰ ਇੱਕ ਜੁਐਲਰੀ ਸੈੱਟ ਨਾਲ ਪਾਰਟੀ ਵੇਅਰ ਜਿਹੜਾ ਅਸੀਂ ਰੈਂਟ ਉਹਦਾ ਨਹੀਂ ਲਵਾਂਗੇ, ਉਹਨਾਂ ਨੂੰ ਫਰੀ ਦੇਵਾਂਗੇ। ਹੋਰ ਮਾੜਾ ਜਿਹਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਪ੍ਰੋਪਰ ਤਰੀਕੇ ਨਾਲ ਜਿਹੜੇ ਗੌਨ ਲੱਗੇ ਹੋਏ ਨੇ ਵੱਖੋ ਕਲਰ ਲਹਿੰਗਾ ਸ਼ਫੂਨ ਦਾ ਜੀ, ਪਿਓਰ ਦਾ ਜੀ, ਕਾਫੀ ਕੋਸਟਲੀ ਲਹਿੰਗਾ ਜੀ, ਠੀਕ ਹੈ ਜੀ, ਮਤਲਬ ਇਹ ਇੰਨਾ ਕੋਸਟਲੀ ਨਹੀਂ ਕਿ ਹਰ ਕੋਈ ਅਫੋਰਡ ਨਹੀਂ ਕਰ ਸਕੇਗਾ, ਬਟ ਇਹ ਸ਼ਫੂਨ ਦਾ ਲਹਿੰਗਾ ਜੀ, ਜਿਵੇਂ ਦੇਖੋ ਜੀ ਇਹ ਲਹਿੰਗਾ, ਇਹ ਵੀ ਸ਼ਫੂਨ 'ਚ ਜੀ, ਪਿਓਰ ਦਾ ਲਹਿੰਗਾ, ਕਿਉਂਕਿ ਸਾਡੇ ਸਾਰੇ ਸਿੱਖ ਫੈਮਿਲੀਜ਼ ਨਾਲ ਬੜੇ ਅਸੀਂ ਜੁੜੇ ਹੋਏ ਹਾਂ, ਸਾਡਾ ਸਿੱਖ ਫੈਮਿਲੀਜ਼ ਨਾਲ ਕਾਫੀ ਰਿਲੇਸ਼ਨ ਨੇ, ਅੱਛੇ ਫੈਮਿਲੀ ਰਿਲੇਸ਼ਨ ਨੇ, ਅਤੇ ਉਹ ਮੋਸਟਲੀ ਜ਼ਿਆਦਾ ਲਹਿੰਗੇ ਪਿਓਰ ਦੇ ਹੀ ਪਾਉਂਦੇ ਨੇ, ਠੀਕ ਹੈ ਜੀ, ਸਾਨੂੰ ਰੈਂਟ ਵੀ ਅੱਛਾ ਦਿੰਦੇ ਨੇ ਜੀ, ਹਾਂ, ਬੜਾ ਠਾਕੁਰ ਜੀ ਦੀ ਬੜੀ ਕਿਰਪਾ ਜੀ ਕੰਮ ਦੀ। ਔਰ ਇਹ ਵੀ ਲਹਿੰਗਾ ਸਾਡਾ ਜੀ ਪਿਓਰ ਦਾ ਜੀ, ਇਹ ਵੀ ਪਿਓਰ ਦਾ ਆਏਗਾ ਜੀ, ਔਰ ਇਹ ਵੀ ਲਹਿੰਗਾ ਸਾਡਾ ਪਿਓਰ ਦਾ ਆਏਗਾ। ਇਹ ਜੀ ਵੈਸਟਰਨ ਗਾਊਨ ਨੇ, ਜਿਵੇਂ ਮੰਨ ਲਓ ਕ੍ਰਿਸਚਨਸ ਟਾਈਪ ਗਾਊਨ ਜਿਹੜੇ ਨੇ ਉਹ ਨੇ, ਮਤਲਬ ਫੋਰਨਰ ਟਾਈਪ ਗਾਊਨ ਲਗਾ ਲਓ, ਹਾਂ, ਇਹ ਮਾਡਲ ਡਰੈਸਿਸ ਨੇ, ਠੀਕ ਹੈ, ਡਰੈਸ ਜੀ ਬਹੁਤ ਅੱਛੀ ਡਰੈਸ ਹੈ ਜੀ। ਕਸਟਮਰ ਜਿਹੜਾ ਕਸਟਮਰ ਇਹੋ ਜਿਹੀ ਕਿਰਪਾ ਜੀ, ਜਿਹੜਾ ਕਸਟਮਰ ਆਉਂਦਾ ਵਾਪਸ ਨਹੀਂ ਜਾਂਦਾ ਜੀ, ਕੁਛ ਨਾ ਕੁਛ ਬੁੱਕ ਕਰਾ ਕੇ ਹੀ ਜਾਏਗਾ, ਨਹੀਂ ਤਾਂ ਸਾਡਾ ਫੈਮਿਲੀ ਮੈਂਬਰ ਤਾਂ ਬਣ ਕੇ ਹੀ ਜਾਏਗਾ ਜੀ, ਬਸ ਇਹੋ ਜਿਹਾ ਕੁਛ ਹੈ ਜੀ। ਮੈਂ ਵੀ ਦਰਸ਼ਕਾਂ ਨੂੰ ਇਹ ਕਰਾਂਗੀ, ਸਾਰਿਆਂ ਦੀ ਇੱਦਾਂ ਦੀ ਸੋਚ ਹੋਣੀ ਚਾਹੀਦੀ, ਜਿਹੜਾ ਮੈਡਮ ਨੇ ਗੱਲ ਕਹੀ ਕਿ ਜਿਹੜਾ ਵੀ ਦਰਸ਼ਕ ਇੱਕ ਵਾਰੀ ਜ਼ਰੂਰ ਆਵੇ ਅਤੇ ਇਹਨਾਂ ਦਾ ਇੰਨਾ ਆਪਣੇ ਦਿਲੋਂ ਕਹਿਣਾ ਵਾ ਕਿ
जो कस्टमर इतने आएगा वो कोई ना कोई चीज़ लैके जाएगा वो अपने तन मन इन्ने दिलों कह रहे क्योंकि इन्हों का तजर्बा भी बहुत वेख्या जाए 2002 की जी दुकान इतने जी अपनी बड़ी खूबी के नंबा रही ने तो नाल इन्होंने गल कही कि जोड़ा इतने साडा स्टाफ भी मैंबर है वो भी बड़ा चंगा अं परिवार की तरह रहने धियाँ वो भी साड़ी धियाँ वा जिहड़ियां आंदियां वो भी साड़ी धियाँ वा पर असी कोई भी कस्टमर नूं निराश होकर नहीं जांदे ने असी उन्हां दा एक सुभाअ दी भी सारे कस्टमर ने गल की आ कि मैडम का सुभाअ बड़ा ही निघा सुभाअ बड़े खुश दिल वाले मैडम हैगे ने हीना मैडम जी और मैं भी दसको तुहानूं गल कहना चाहना कि एक बार इस शोरूम च आया जाए सुंदर नगर अमृतसर नीयर दुर्गा माता मंदिर का लागे सुंदर नगर ਉੱਪਰ ਜਦੋਂ ਆਪਾਂ ਸਟਾਰਟਿੰਗ ਕੀਤੀ ਜਾਂਦੀ ਹੈ ਉੱਥੇ ਉਪਜੜ ਫਸਟ ਫਲੋਰ 'ਤੇ ਇਹਨਾਂ ਦਾ ਸ਼ੋਰੂਮ ਆ ਔਰ ਇਹਨਾਂ ਦਾ ਨੰਬਰ ਵੀ ਮੈਨਸ਼ਨ ਉੱਤੇ ਕੀਤੇ ਜਾਣਗੇ ਜਿਹਨਾਂ ਨੇ ਕੋਈ ਸ਼ੋਰੂਮ 'ਚ ਆਉਣਾ ਹੋਵੇ ਤਾਂ ਉੱਤੇ ਨੰਬਰਾਂ 'ਤੇ ਕਾਲ ਕਰਕੇ ਇਹਨਾਂ ਨੂੰ ਇਹ ਆਪੇ ਬਾਕੀ ਐਡਰੈਸ ਸਮਝਾਉਣਗੇ ਪ੍ਰੋਪਰ ਉੱਥੋਂ ਵੀ ਲੈ ਕੇ ਆਉਣਗੇ ਨਹੀਂ ਸਮਝ ਲੱਗੋ ਕਸਟਮਰ ਨੂੰ ਔਰ ਅੱਗੇ ਸ਼ਿਵਾਨੀ ਮੈਡਮ ਜਿਹੜੇ ਉਹ ਵੀ ਮਹਿਲਾ ਮੰਡਲ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਉਹ ਵੀ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਉਹ ਕੀ ਕਹਿਣਾ ਚਾਹੁੰਦੇ ਇਸ ਫੈਸ਼ਨ ਡਿਜ਼ਾਈਨ ਬਾਰੇ ਜੀ ਅੱਜ ਅਸੀਂ ਹੀਨਾ ਫੈਸ਼ਨ ਪਲਾਜ਼ਾ 'ਤੇ ਆਏ ਹਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਬਲਿਕ ਪ੍ਰੋਟੈਕਸ਼ਨ ਟੀਮ ਦਾ ਕਿ ਇਹਨਾਂ ਨੇ ਸਾਰੇ ਅੰਮ੍ਰਿਤਸਰ 'ਚ ਜਾ ਕੇ ਲੱਭ ਕੇ ਇੰਨਾ ਵਧੀਆ ਸਾਡੇ ਲਈ ਸ਼ੋਰੂਮ ਲੱਭਿਆ ਲੋਕਾਂ ਨੂੰ ਇਹਦੇ ਨਾਲ ਰੂਬਰੂ ਕਰਾਉਣਗੇ ਇੱਥੇ ਹਰ ਤਰ੍ਹਾਂ ਦੇ ਤੁਹਾਨੂੰ ਡਰੈਸ ਮਟੀਰੀਅਲਸ ਮਿਲਦੇ ਨੇ ਜਿਵੇਂ ਲਹਿੰਗਾਜ਼ ਹੋ ਗਏ ਵੈਸਟਰਨ ਡਰੈਸਿਸ ਹੋ ਗਈ ਸ਼ੇਰਵਾਨੀ ਅਚਕਨਸ ਹੋ ਗਈ ਬ੍ਰਾਈਡਲ ਲਹਿੰਗਾਜ਼ ਹੋ ਗਏ ਸਾੜੀਜ਼ ਹੋ ਗਈ ਮਤਲਬ ਤੁਸੀਂ ਇਹ ਲੇਡੀ ਨੂੰ ਮੈਂ ਦੇਖਿਆ ਕਿ ਇਹ ਕੋਈ ਵੀ ਲੜਕੀ ਇੱਥੇ ਆਉਂਦੀ ਹੈ ਅਤੇ ਉਹਨੂੰ ਇਸ ਤਰ੍ਹਾਂ ਟ੍ਰੀਟ ਕਰਦੇ ਨੇ ਜਿਵੇਂ ਆਪਣੇ ਬੱਚੇ ਦਾ ਨੂੰ ਕੁਛ ਦਿਖਾ ਰਹੇ ਹੋਣ ਔਰ ਇਹਨਾਂ ਕੋਲ ਤੁਸੀਂ ਫਰੈਸ਼ ਲਹਿੰਗਾਜ਼ ਵੀ ਲੈ ਸਕਦੇ ਹੋ ਜਿਹਨਾਂ ਕਿ ਕਈ ਲੋਕ ਹੈ ਕਿ ਆਪਾਂ ਫਸਟ ਟਾਈਮ ਹੀ ਪਾਉਣਾ ਹੁੰਦਾ ਨਿਊ ਹੀ ਆਪਾਂ ਕੋਰਾ ਉਹ ਇਹ ਫਰੈਸ਼ ਵੀ ਉਹਨਾਂ ਨੂੰ ਬਣਵਾ ਕੇ ਦਿੰਦੇ ਨੇ ਉਹਨਾਂ ਦੇ ਸਾਈਜ਼ ਦਾ ਆਲਟਰ ਕਰਕੇ ਮੈਚਿੰਗ ਜੂਲਰੀ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਹਨਾਂ ਨੂੰ ਮਿਹਨਤ ਕਰਦੇ ਬੜੇ ਸਾਲਾਂ ਤੋਂ ਮੈਂ ਇਹਨਾਂ ਨੂੰ ਦੇਖਦੀ ਆ ਰਹੀ ਹਾਂ ਇਹ ਲੇਡੀ ਨੇ ਇੰਨੀ ਮਿਹਨਤ ਕਰਕੇ ਇੰਨਾ ਆਪਣਾ ਬਿਜ਼ਨਸ ਅੰਪਾਇਰ ਖੜਾ ਕੀਤਾ ਹੈ ਸਾਡੇ ਦਰਸ਼ਕਾਂ ਤੁਹਾਨੂੰ ਦੇਖ ਰਹੇ ਹੋ ਲਾਸਟ 'ਚ ਤੁਸੀਂ ਵੀ ਜ਼ਿਲ੍ਹਾ ਅੰਮ੍ਰਿਤਸਰ ਦੀ ਇੰਨੀ ਜ਼ਿੰਮੇਵਾਰੀ ਸਾਂਭਦੇ ਹੋ ਕਿ ਤੁਹਾਡੇ ਕੋਲ ਵੀ ਜਿਹੜੇ ਕਿ ਇੱਕ ਧੀਆਂ ਦਾ ਵੇਖਿਆ ਜਾਵੇ ਧੀਆਂ ਦਾ ਲਹਿੰਗਾ ਧੀਆਂ ਦੀ ਡਰੈਸਿੰਗ ਇੱਥੇ ਹੈਗੀਆਂ ਵਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਲੇਡੀ ਬਿਜ਼ਨਸ ਵੂਮਨ ਹੋਣ ਦੇ ਨਾਲ ਨਾਲ ਇੱਕ ਸੋਸ਼ਲ ਵਰਕਰ ਵੀ ਹੈ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਈ ਵਾਰੀ ਕਿ ਜਦੋਂ ਆਪਾਂ ਆਪਣੇ ਬੱਚੇ ਇਹਨਾਂ ਨੇ ਸੈੱਟ ਕਰ ਲਏ ਨੇ ਔਰ ਹੁਣ ਇਹਨਾਂ ਨੂੰ ਹੈ ਕਿ ਮੈਂ ਹੁਣ ਲੋਕਾਂ ਦੀ ਭਲਾਈ ਕਰਨੀ ਹੈ ਕੁਛ ਲੜਕੀਆਂ ਜਿਨ੍ਹਾਂ ਦੇ ਮਾਂ ਪਿਓ ਪੈਸਿਆਂ ਨਹੀਂ ਖਰਚ ਸਕਦੇ ਉਹਨਾਂ ਨੂੰ ਇਹ ਫ੍ਰੀ ਲਹਿੰਗਾ ਦਿੰਦੇ ਨੇ ਈਵਨ ਜਿੱਥੋਂ ਤੱਕ ਮੈਨੂੰ ਲੱਗਦਾ ਅਗਰ ਮੈਂ ਗਲਤ ਨਹੀਂ ਹਾਂ ਤਾਂ 10 ਜਾਂ 11 ਲੜਕੀਆਂ ਦੀ ਗਰੀਬ ਲੜਕੀਆਂ ਦੀ ਸ਼ਾਦੀ ਵੀ ਕਰ ਚੁੱਕੇ ਜਿਹਦੇ 'ਚ ਇਹਨਾਂ ਨੇ ਦਾਜ ਲਈ ਜੋ ਕੁਛ ਉਹਨਾਂ ਨੂੰ ਘਰ ਵਰਤੋਂ ਦਾ ਸਮਾਨ ਚਾਹੀਦਾ ਹੁੰਦਾ ਉਹ ਵੀ ਇਹਨਾਂ ਨੇ ਨਾਲੋਂ ਨਾਲ ਦਿੱਤਾ ਵਾ Hello everyone, myself Akshita. So today we are here at Hina Fashion Plaza, Sundarnagar opposite Ram Mandir. Aur yahan pe I humble request to all the Amritsar people, must visit this showroom. You can have all the variety under one roof, lehenga, sarees, beautiful jewellery, each and everything. So next coming season is a wedding season. So do visit here. Thank you so much. ਇਸ ਸ਼ੋਪ ਦੀ ਸਪੈਸ਼ਲਿਟੀ ਇਹ ਹੈ ਕਿ ਅਸੀਂ ਜਿੱਦਾਂ ਗੁਰਸਿੱਖ ਫੈਮਲੀਜ਼ ਦੇ ਬੱਚੇ ਹਾਂ ਹੈ ਨਾ ਅਸੀਂ ਸਲੀਵਲੈਸ ਨਹੀਂ ਪਾ ਸਕਦੇ ਅਸੀਂ ਇੱਥੇ ਕਾਫੀ ਸਾਲਾਂ ਤੋਂ ਆ ਰਹੇ ਹਾਂ ਸਾਡੀ ਐਵਰੀ ਵਿਸ਼ ਫੁਲਫਿਲ ਕਰਦੇ ਆ ਜਿਵੇਂ ਮੈਨੂੰ ਸਲੀਵਸ ਚਾਹੀਦੀਆਂ ਹੁੰਦੀਆਂ ਨੇ ਅਤੇ ਮੈਨੂੰ ਮਨਚਾਹੀਆਂ ਸਲੀਵਸ ਮਨਚਾਹੀ ਫਿਟਿੰਗ ਇਹ ਅਰੇਂਜ ਕਰਕੇ ਦਿੰਦੇ ਆ ਅਗਰ ਜਿਵੇਂ ਅਸੀਂ ਲਾਵਾਂ ਅਤੇ ਲਹਿੰਗੇ ਪਾਉਣੇ ਹੁੰਦੇ ਆ ਗੁਰਸਿੱਖ ਫੈਮਲੀਜ਼ ਦੀਆਂ ਕੁੜੀਆਂ ਨੇ ਅਤੇ ਅਸੀਂ ਫਰੈਸ਼ ਲਹਿੰਗੇ ਪ੍ਰੈਫਰ ਕਰਦੇ ਹਾਂ ਹੈ ਨਾ ਅਤੇ ਮੈਨੂੰ ਲੱਗਦਾ ਇਹ ਸਾਡੇ ਕਾਫੀ ਪੈਸੇ ਸੇਵ ਹੁੰਦੇ ਆ ਇਹ ਸਾਨੂੰ ਫਰੈਸ਼ ਲਹਿੰਗਾ ਵੀ ਅਵੇਲ ਕਰਾ ਕੇ ਦਿੰਦੇ ਨੇ ਮੈਂ ਆਪਣੀ ਪਰਸਨਲ ਜਿਹੜੀ ਵੈਡਿੰਗ ਸੀ 1 ਸਾਲ ਪਹਿਲਾਂ ਮੈਂ ਆਪਣਾ ਲਹਿੰਗਾ ਇੱਥੋਂ ਹੀ ਲਿਆ ਸੀ ਫਰੈਸ਼ ਲਹਿੰਗਾ ਸੀਗਾ ਮੈਨੂੰ ਪੂਰੀ ਉਹਦੀ ਪ੍ਰੋਪਰ ਫਿਟਿੰਗ ਕਰਕੇ ਦਿੱਤੀ ਸਲੀਵਸ ਲਾ ਕੇ ਦਿੱਤੀਆਂ ਇਹਨਾਂ ਨੇ ਹੈਂਡਵਰਕ ਦਾ ਲਹਿੰਗਾ ਸੀ ਬਹੁਤ ਅਮੇਜ਼ਿੰਗ ਸੀਗਾ ਅੱਜ ਵੀ ਮੈਂ ਆਪਣੇ ਬ੍ਰਦਰ ਦੀ ਵੈਡਿੰਗ ਲਈ ਆਈ ਹਾਂ ਜੀ ਸਿਲੈਕਟ ਕਰਨ ਲਈ ਅਤੇ ਅੱਜ ਵੀ ਇਹਨਾਂ ਨੇ ਬਿਲਕੁਲ ਫਰੈਸ਼ ਕਲੈਕਸ਼ਨ ਮੈਨੂੰ ਦਿਖਾ ਰਹੇ ਨੇ ਅਤੇ ਡੈਫੀਨੇਟਲੀ ਲੈ ਕੇ ਜਾਵਾਂਗੇ ਜ਼ਰੂਰ ਅਤੇ ਮੈਂ ਹੋਰਨਾਂ ਨੂੰ ਵੀ ਕਹੂੰਗੀ ਕਿ ਤੁਸੀਂ ਵੀ ਆਪਣੀ ਵੈਡਿੰਗਸ ਲਈ ਜ਼ਰੂਰ ਇੱਥੇ ਆਓ ਅਤੇ ਇਹਨਾਂ ਦੀ ਵੈਰਾਇਟੀ ਜਿਹੜੀ ਆ ਉਹਨੂੰ ਐਕਸਪਲੋਰ ਕਰੋ ਅਤੇ ਡੈਫੀਨੇਟਲੀ ਬੁੱਕ ਕਰੋ ਜੀ ਮੈਂ ਆਪਣਾ ਕੈਮਰਾਮੈਨ ਨੂੰ ਕਹਾਂ ਇੱਕ ਵਾਰੀ ਜ਼ੂਮ ਕਰਕੇ ਇਹ ਚੀਜ਼ ਦਿਖਾਈ ਜਾਵੇ ਲਹਿੰਗਾ ਜੋ ਤੁਸੀਂ ਜੋ ਮੈਡਮ ਵੇਖੋ ਜੀ ਪੂਰਾ ਮੈਨੂੰ ਲੱਗਦਾ ਕਿ ਫਲਾਵਰ ਵਿੱਚ ਹੈਗਾ ਲਹਿੰਗਾ ਅਤੇ ਹਰ ਕਸਟਮਰ ਨੇ ਤਾਰੀਫ ਹੀ ਕੀਤੀ ਇੱਥੋਂ ਦੀ ਜਿਹੜੇ ਹੀਨਾ ਫੈਸ਼ਨ ਪਲਾਜ਼ਾ ਜਿਹੜੇ ਇੱਥੋਂ ਦੇ ਸ਼ੋਰੂਮ ਹੈਗਾ ਵਾ ਸੁੰਦਰ ਨਗਰ ਦੇ ਵਿੱਚ ਔਰ ਮੈਂ ਥੈਂਕ ਯੂ
मैडम मैं जानना चाहवांगा कि तुसी अज लहंगा खरीद लैके जा रहे हो कि इधर गाउन लैके जा रहे हो? सर अं गाउन लैके आए हैं, इतों बुकिंग करवाई है जी जी। अं काफ़ी लंबे समय तो इतों ही बुकिंग वगैरह कराने हैं। मेरी कजन है इंग्लैंड तो, होर भी साढ़े रिश्तेदार है आस्ट्रेलिया बाहर फोरन तो है, तो इतों ही बुकिंग करवाते हैं। तो कोई मैरिज वगैरह फंक्शन होता है इतों ही बुकिंग होंगी है काफ़ी लंबे समय तो। सानू काफ़ी डिस्काउंट पर भी हर एक चीज़ मिल जाती है। वधिया बहुत सुभाग ना वधिया हिना दीदी उन्होंने कि असी आइए बिना तो ऑनलाइन ही कर लिए, सानू विश्वास होंगे काफ़ी वधिया कर देंगे, बहुत सुभाग चंगा। मैं भी ब्राइडल इतों ही तैयार हुई सी। तो मैडम एक गल करना चाहवागा कि जिवें स्टाफ की भी गल की, चलो मैडम का सुभाव तो है ही तुम कि मतलब कि जिमें लहंगे की गल की तुम प्रोपर उ लहंगा मिलता, जिमें कई मैं शोरूम च भी जा चुका वा जे अज अं आ सिलेक्ट कर ले कल कहते कि वो किसी होर पार्टी बुक हो गया वा यहोजे कोई तुम कोई मैं लगता कोई काफ़ी टाइम तो तुम इन्होंने जुड़े हुए परिवार के मैंबर योजा कोई गलबात नहीं कोई नहीं कोई यह कोई प्रॉब्लम नहीं आती कि जो अभी बुकिंग करिए उ मिलता सूँ ज्वेलरी बहुत वाइया मिलती है जो कही उ मिलता बाद भी उ चीज़ है होर शॉप तो काफ़ी चेंज हो जाता पर नहीं इन्ना तो नहीं कभी होया जो असी बुकिंग कराई है सो उ ही मिलती है फ्रैश पीस मिलता है काफ़ी वधिया ड्रेस मिलती है। अज हिना फैशन प्लाजा च मार्केट पहुँचे हुए हो शोरूम से की कहना चाहते हो? सर हिना प्लाजा की जितनी तारीफ करी जाए उतनी कम है, यहाँ पे इनकी हर तरह की कलेक्शन बहुत अच्छी हैं। अगर इंडो वेस्टर्न की बात करो, लहंगास की बात करो, शेरवानी गाउन की बात करो, अमेजिंग कलेक्शंस हैं। हम तो हर बार आते हैं, हर बार नई कलेक्शन मिलती है हमें, और कलेक्शन के साथ साथ इनकी डीलिंग बहुत अच्छी है। यहाँ के जो ऑनर्स हैं दे आर नॉट प्रोफेशनल, दे आर जस्ट लाइक अ फैमिली मेम्बर्स, हमें फैमिली की तरह ट्रीट करते हैं। और रही बात अगर आपको अल्टर करवाने की, चाहे आप इतने हो चाहे आप स्लिम हो, आपको हर तरह से अल्टरेशन करा के ही देते हैं। और मुझे यहाँ पे आने का मेरा मेन मकसद है कि मुझे ये मैम एज ए फैमिली मेम्बर की तरह ट्रीट करते हैं, इससे मुझे यहाँ पे हिना प्लाजा पे आना बहुत अच्छा लगता है। आपको कितना टाइम हो गया जहाँ अपने शॉपिंग करते हुए? मुझे तो काफ़ी पुरानी मैं इनकी कस्टमर, क्योंकि ये नहीं कि मुझे और शॉप्स नहीं मिलती, शॉप्स बहुत हैं, लेकिन जहाँ पे एक फैमिली नेचर मिलता हो, फैमिली इन्वायरमेंट मिलता हो, वहाँ पे जाने के लिए कौन नहीं कहेगा। मैं तो चाहती हूँ कि जितना हो सके, जितना जल्दी से जल्दी हो सके, हिना प्लाजा पे विजिट करें। अभी उन ब्याह शादियों का जो सीजन चल रहा है वो हमारे दर्शक आपको देख रहे हो, क्या कहना चाहेंगे? मैं यही कहना चाहूँगी कि जो वेडिंग सीजन आना, इवन मेरे खुद के ब्रदर की मैरिज नेक्स्ट मंथ है, तो जितनी जल्दी हो सकता है हिना प्लाजा पे आओ, नई कलेक्शंस पाओ, और हर तरह के गाउन, वेस्टर्न, इंडियन वेस्टर्न, लहंगा चोली कुछ भी लो और पहन के जाओ रीजनेबल रेट्स पे। जी।